ਲਓ ਜੀ, ਕਰਤਾ ਸਟਾਰਟ ਸਪਰੇ ਦਾ ਕੰਮ ਆਪਾਂ। ਹੋਰ ਧੋਲਾ ਸਮਾਰ ਕੇ ਲੈ ਜੂ ਉੱਤੋਂ, ਲੀਕ ਵੀ ਆ ਕੰਮ ਥੋੜ੍ਹੀ ਜਿਹੀ ਪਾਣੀ। ਬਸ ਬਹੁਤ ਪੈਪ ਜਿਹੜੀ ਖਿੱਚੀ ਨਹੀਂ ਜਾਂਦੀ ਤਾਂ ਕਰਕੇ ਨੂੰ ਮੂਹਰੇ ਬਿਠਾ ਕੇ ਵਧੀਆ ਹੋ ਜਾਂਦੀ ਆ ਸਪਰੇ। ਮੈਨੂੰ ਚੌਲੇ ਫੜੇ ਨੂੰ ਸੁੰਡੀ ਪੈ ਗਈ ਸੀ ਥੋੜ੍ਹੀ ਜਿਹੀ ਕਰਕੇ ਫੇਮ ਪਾਈ ਅੱਜ। ਜ਼ਿਆਦਾ ਕਰਕੇ ਤੁਰਿਆ ਨਹੀਂ ਜਾਂਦਾ ਇਹਦੇ ਵਿੱਚ, ਸਪਰੇ ਬਹੁਤ ਵਧੀਆ ਹੋ ਜਾਂਦੀ ਆ। ਇਹ 4 ਕਿੱਲੇ ਇੱਥੇ ਆਪਣੇ 4 ਕਿੱਲਿਆਂ ਦੇ ਵਿੱਚ ਢੋਲਾ ਪੈ ਜੂਗਾ ਅਤੇ 1 ਕਿੱਲਾ ਉੱਧਰ ਆ ਉਹਦੇ ਅੱਡ ਪਾ ਦਾਂਗੇ। ਲਾਸਟ ਗੇੜਾ ਰਹਿ ਗਿਆ ਸੀ ਆਪਣਾ ਕੰਮ ਹੈ, ਬਹੁਤ ਜ਼ਿਆਦਾ ਮੱਛਰ ਜਿਹਾ ਉੱਡਦਾ ਹੁੰਦਾ। ਉੱਧਰ ਕਾਰਨ ਚੱਲਾਂਗੇ ਆਪਾਂ, ਘੱਟ ਹੈਗੀ ਅਤੇ ਇਹ ਥੋੜ੍ਹਾ ਜਿਹਾ ਉਹਦੇ ਨਾਲੋਂ ਲੇਟ ਹੈਗਾ। ਫਲ ਇਹਨੇ ਵੀ ਬਹੁਤ ਚੱਕਿਆ ਗਾ, ਇੱਧਰ ਹੈਗਾ 1.5 ਕਿੱਲੇ ਵਾਂਗੂ ਆਪਣਾ, ਇਹ ਦੂਜੇ ਨਾਲੋਂ ਹੈਗਾ 20 ਕੁ ਦਿਨ ਲੇਟ ਹੈਗਾ। ਅੱਜ ਕਰਤੀ ਸੀ ਤੜਾਈ ਬੰਦ ਇਹਨਾਂ ਦੀ, ਅੱਜ ਚੱਲਦੀ ਹੈ ਮਿਰਚਾਂ ਦੀ ਤੜਾਈ ਆਪਣੀ, ਉਧਰਲੇ ਖੇਤ ਪੁੜੀਆਂ ਤੋੜੀ ਜਾਂਦੀਆਂ। ਮਿਰਚਾਂ ਦਾ ਰੇਟ ਹੈਗਾ 20 ਰੁਪਏ ਕਿਲੋ ਉਹ ਚੱਲੀ ਜਾਂਦੀਆਂ। ਇਹ 'ਚ ਤਾਂ ਸੁੰਡੀ ਘੱਟ ਆ ਮਨੋਜ, ਹੈ ਨਾ, ਉਹ ਮੱਛਰ ਜਿਹਾ ਤਾਂ ਹੈਗਾ। ਚੱਲ ਹੁਣ ਕਰਤੀ